ਰੂਪ ਸਿੰਘ ਰਾਮਾ, ਜਨਰਲ ਸੈਕਟਰੀ ਪੰਜਾਬ ਭਾਰਤ ਕਿਸਾਨ ਲਖਵਾ ਟਕੈਤ। ਟਰੈਕਟਰ ਪਰੇਡ ਕੀਤੀ ਜਾ ਰਹੀ ਹੈ, ਕੀ ਮਕਸਦ ਹੈ? ਜਿਹੜੀ ਅੱਜ ਅਸੀਂ ਟਰੈਕਟਰ ਪਰੇਡ ਕਰ ਰਹੇ ਹਾਂ, ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈ ਔਰ ਪੂਰੇ ਦੇਸ਼ ਦੇ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਇਹ ਕੀਤੀ ਜਾ ਰਹੀ ਹੈ, ਬਲਾਕਾਂ ਪੱਧਰ ਤੇ ਵੀ ਕੀਤੀ ਜਾ ਰਹੀ ਹੈ, ਕਸਬਿਆਂ 'ਚ ਵੀ ਕੀਤੀ ਜਾ ਰਹੀ ਹੈ। ਇਹਦਾ ਮੁੱਖ ਮਕਸਦ ਇਹ ਹੈ ਵੀ ਸਾਡਾ 26 ਜਨਵਰੀ 2021 ਨੂੰ ਕਿਸਾਨ ਲਾਗੂ ਦੇ ਪਰਚੇ ਦਰਜ ਵੀ ਕੀਤੇ ਸੀ, ਉਦੋਂ ਦਿੱਲੀ ਦੇ ਵਿੱਚ ਅਸੀਂ ਅੰਦੋਲਨ ਕੀਤਾ ਸੀ, ਉਦੋਂ ਸਾਡੀ ਕੇਂਦਰ ਸਰਕਾਰ ਨਾਲ ਸਹਿਮਤੀ ਵੀ ਬਣੀ ਸੀ ਵੀ ਤੁਹਾਡੀਆਂ ਅਸੀਂ ਮੰਗਾਂ ਮਤਲਬ ਲਾਗੂ ਕਰਾਂਗੇ ਵੀ ਤੁਸੀਂ ਧਰਨਾ ਸਮਾਪਤ ਕਰ ਦਿਓ। ਉਦੋਂ 3 ਕਾਲੇ ਕਾਨੂੰਨ ਤਾਂ ਵਾਪਸ ਲੈ ਲਈ ਸੀ ਕੇਂਦਰ ਸਰਕਾਰ ਨੇ, ਪਰ ਦੂਜੀਆਂ ਮੰਗਾਂ ਸਾਡੀ ਸਹਿਮਤੀ ਬਣਾਈ ਸੀ, ਅੱਗੋਂ ਨਾਲ ਮੀਟਿੰਗਾਂ ਕਰਾਂਗੇ, ਪਰ ਅਜੇ ਤੱਕ 3 ਸਾਲ ਬੀਤ ਚੁੱਕੇ, ਕੋਈ ਮੀਟਿੰਗ ਕੀਤੀ, ਜਿਸ ਕਰਕੇ ਅਸੀਂ ਅੱਜ ਤਿਰੰਗੇ ਝੰਡੇ ਲਹਿਰਾ ਕੇ ਟਰੈਕਟਰ ਪਰੇਡ ਕਰਕੇ ਉਹ ਅਸੀਂ ਉਹ ਜਿਹੜੀਆਂ ਮੰਗਾਂ ਰਹਿੰਦੀਆਂ ਉਹ ਲਾਗੂ ਕਰਾਉਣ ਲਈ ਔਰ ਉਹ ਚੇਤੇ ਕਰਾਉਣ ਲਈ ਕੇਂਦਰ ਸਰਕਾਰ ਨੂੰ ਟਰੈਕਟਰ ਪਰੇਡ ਕੱਢ ਕੇ ਉਹਨਾਂ ਨੂੰ ਚੇਤੇ ਕਰਵਾ ਰਹੇ ਹਾਂ। ਕਿੰਨਾ ਕੁ ਉਤਸ਼ਾਹ, ਕਿੰਨੇ ਕੁ ਕਿਸਾਨ? ਦੇਖੋ ਜੀ, ਪੂਰਾ ਉਤਸ਼ਾਹ ਸਾਡਾ, ਪੂਰਾ ਜੋਸ਼ ਹੈ, ਪੂਰੇ ਸ਼ਾਂਤੀਪੂਰਕ ਅਸੀਂ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਜਾਵਾਂਗੇ ਔਰ ਇਹ ਟਰੈਕਟਰ ਪਰੇਡ ਕੱਢ ਕੇ ਅਸੀਂ ਮਤਲਬ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਦਾਂਗੇ। ਜੇ ਕੋਈ ਫੇਰ ਵੀ ਮੰਗ ਨਹੀਂ ਮੰਨੀ ਤਾਂ ਪਹਿਲਾਂ ਵਾਂਗੂ ਸੰਘਰਸ਼ ਕਿਸਾਨਾਂ ਦਾ ਹੋ ਸਕਦਾ? ਨਹੀਂ ਨਹੀਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਹੈ, ਉਹੀ ਅਸੀਂ ਅੱਜ ਚੇਤੇ ਕਰਾਉਣੇ ਆ ਵੀ ਸਾਡੀਆਂ ਮੰਗਾਂ ਜਿਹੜੀਆਂ ਉਹ ਲਾਗੂ ਕਰ ਦਿਓ, ਨਹੀਂ ਆਹ ਟਰੈਕਟਰ ਵੀ ਇੱਥੇ ਨੇ, ਕਿਸਾਨ ਵੀ ਇੱਥੇ ਨੇ, ਇਹਨਾਂ ਦਾ ਕਦੇ ਵੀ ਮੂੰਹ ਦਿੱਲੀ ਵੱਲ ਹੋ ਸਕਦਾ, ਇਹ ਆਪਦਾ ਕੇਂਦਰ ਸਰਕਾਰ ਸੋਚ ਲੈ। ਕਿਸਾਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਤੁਸੀਂ? ਕਿਸਾਨਾਂ ਨੂੰ ਵੀ, ਕਿਸਾਨ ਬਿਲਕੁਲ ਤਿਆਰ ਹੈ ਜੀ, ਕਿਸਾਨ ਤਿਆਰ ਹੈ, ਬਿਲਕੁਲ ਤਿਆਰ ਹੈ, ਜਿਵੇਂ ਮਰਜ਼ੀ ਅੰਦੋਲਨ ਹੋ ਜੇ ਤਾਂ ਕਿਸਾਨ ਪਹਿਲਾਂ ਵਾਂਗੂ ਵੱਧ ਚੜ ਕੇ ਹਿੱਸਾ ਲੈਣਗੇ, ਉਵੇਂ ਜਿਹੜੀ ਮਤਲਬ ਅੰਦੋਲਨ ਬਣੂਗਾ, ਪਰ ਕੇਂਦਰ ਸਰਕਾਰ ਨੂੰ ਅਸੀਂ ਫਿਰ ਚੇਤਾਵਨੀ ਦਿੰਦੇ ਹਾਂ ਵੀ ਆਹ ਅੱਜ ਵਾਲਾ ਪ੍ਰੋਗਰਾਮ ਦੇਖ ਕੇ ਤੇ ਤੁਸੀਂ ਆਪਣੇ ਆਪ ਬੈਠੇ ਏਸੀ ਦਫ਼ਤਰਾਂ 'ਚ ਸਾਡੀਆਂ ਮੰਗਾਂ ਲਾਗੂ ਕਰ ਲਈ। ਸਰੂਪ ਸਿੰਘ ਰਾਮਾ, ਜਨਰਲ ਸੈਕਟਰੀ ਪੰਜਾਬ ਭਾਰਤ ਕਿਸਾਨ ਲਖਵਾ ਟਕੈਤ। ਟਰੈਕਟਰ ਪਰੇਡ ਕੀਤੀ ਜਾ ਰਹੀ ਹੈ, ਕੀ ਮਕਸਦ ਹੈ? ਜਿਹੜੀ ਅੱਜ ਅਸੀਂ ਟਰੈਕਟਰ ਪਰੇਡ ਕਰ ਰਹੇ ਹਾਂ, ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈ ਔਰ ਪੂਰੇ ਦੇਸ਼ ਦੇ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਇਹ ਕੀਤੀ ਜਾ ਰਹੀ ਹੈ, ਬਲਾਕਾਂ ਪੱਧਰ ਤੇ ਵੀ ਕੀਤੀ ਜਾ ਰਹੀ ਹੈ, ਕਸਬਿਆਂ 'ਚ ਵੀ ਕੀਤੀ ਜਾ ਰਹੀ ਹੈ। ਇਹਦਾ ਮੁੱਖ ਮਕਸਦ ਇਹ ਹੈ ਵੀ ਸਾਡਾ 26 ਜਨਵਰੀ 2021 ਨੂੰ ਕਿਸਾਨ ਲਾਗੂ ਦੇ ਪਰਚੇ ਦਰਜ ਵੀ ਕੀਤੇ ਸੀ, ਉਦੋਂ ਦਿੱਲੀ ਦੇ ਵਿੱਚ ਅਸੀਂ ਅੰਦੋਲਨ ਕੀਤਾ ਸੀ, ਉਦੋਂ ਸਾਡੀ ਕੇਂਦਰ ਸਰਕਾਰ ਨਾਲ ਸਹਿਮਤੀ ਵੀ ਬਣੀ ਸੀ ਵੀ ਤੁਹਾਡੀਆਂ ਅਸੀਂ ਮੰਗਾਂ ਮਤਲਬ ਲਾਗੂ ਕਰਾਂਗੇ ਵੀ ਤੁਸੀਂ ਧਰਨਾ ਸਮਾਪਤ ਕਰ ਦਿਓ। ਉਦੋਂ 3 ਕਾਲੇ ਕਾਨੂੰਨ ਤਾਂ ਵਾਪਸ ਲੈ ਲਈ ਸੀ ਕੇਂਦਰ ਸਰਕਾਰ ਨੇ, ਪਰ ਦੂਜੀਆਂ ਮੰਗਾਂ ਸਾਡੀ ਸਹਿਮਤੀ ਬਣਾਈ ਸੀ, ਅੱਗੋਂ ਨਾਲ ਮੀਟਿੰਗਾਂ ਕਰਾਂਗੇ, ਪਰ ਅਜੇ ਤੱਕ 3 ਸਾਲ ਬੀਤ ਚੁੱਕੇ, ਕੋਈ ਮੀਟਿੰਗ ਕੀਤੀ, ਜਿਸ ਕਰਕੇ ਅਸੀਂ ਅੱਜ ਤਿਰੰਗੇ ਝੰਡੇ ਲਹਿਰਾ ਕੇ ਟਰੈਕਟਰ ਪਰੇਡ ਕਰਕੇ ਉਹ ਅਸੀਂ ਉਹ ਜਿਹੜੀਆਂ ਮੰਗਾਂ ਰਹਿੰਦੀਆਂ ਉਹ ਲਾਗੂ ਕਰਾਉਣ ਲਈ ਔਰ ਉਹ ਚੇਤੇ ਕਰਾਉਣ ਲਈ ਕੇਂਦਰ ਸਰਕਾਰ ਨੂੰ ਟਰੈਕਟਰ ਪਰੇਡ ਕੱਢ ਕੇ ਉਹਨਾਂ ਨੂੰ ਚੇਤੇ ਕਰਵਾ ਰਹੇ ਹਾਂ। ਕਿੰਨਾ ਕੁ ਉਤਸ਼ਾਹ, ਕਿੰਨੇ ਕੁ ਕਿਸਾਨ? ਦੇਖੋ ਜੀ, ਪੂਰਾ ਉਤਸ਼ਾਹ ਸਾਡਾ, ਪੂਰਾ ਜੋਸ਼ ਹੈ, ਪੂਰੇ ਸ਼ਾਂਤੀਪੂਰਕ ਅਸੀਂ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਜਾਵਾਂਗੇ ਔਰ ਇਹ ਟਰੈਕਟਰ ਪਰੇਡ ਕੱਢ ਕੇ ਅਸੀਂ ਮਤਲਬ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਦਾਂਗੇ। ਜੇ ਕੋਈ ਫੇਰ ਵੀ ਮੰਗ ਨਹੀਂ ਮੰਨੀ ਤਾਂ ਪਹਿਲਾਂ ਵਾਂਗੂ ਸੰਘਰਸ਼ ਕਿਸਾਨਾਂ ਦਾ ਹੋ ਸਕਦਾ? ਨਹੀਂ ਨਹੀਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਹੈ, ਉਹੀ ਅਸੀਂ ਅੱਜ ਚੇਤੇ ਕਰਾਉਣੇ ਆ, ਜੇ ਮੰਨੀਆਂ ਹੋਣਗੀਆਂ ਫਿਰ ਅਸੀਂ ਟਰੈਕਟਰ ਪਰੇਡ ਨਹੀਂ ਕਰਦੇ ਸੀ, ਪਰ ਉਹੀ ਇਹ ਚੇਤੇ ਕਰਾਉਣੇ ਆ ਵੀ ਸਾਡੀਆਂ ਮੰਗਾਂ ਜਿਹੜੀਆਂ ਉਹ ਲਾਗੂ ਕਰ ਦਿਓ, ਨਹੀਂ ਆਹ ਟਰੈਕਟਰ ਵੀ ਇੱਥੇ ਨੇ, ਕਿਸਾਨ ਵੀ ਇੱਥੇ ਨੇ, ਇਹਨਾਂ ਦਾ ਕਦੇ ਵੀ ਮੂੰਹ ਦਿੱਲੀ ਵੱਲ ਹੋ ਸਕਦਾ, ਇਹ ਆਪਦਾ ਕੇਂਦਰ ਸਰਕਾਰ ਸੋਚ ਲੈ। ਕਿਸਾਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਤੁਸੀਂ? ਨਹੀਂ, ਕਿਸਾਨਾਂ ਨੂੰ ਵੀ, ਕਿਸਾਨ ਬਿਲਕੁਲ ਤਿਆਰ ਹੈ ਜੀ, ਕਿਸਾਨ ਤਿਆਰ ਹੈ, ਬਿਲਕੁਲ ਤਿਆਰ ਹੈ, ਜਿਵੇਂ ਮਰਜ਼ੀ ਅੰਦੋਲਨ ਹੋ ਜੇ ਤਾਂ ਕਿਸਾਨ ਪਹਿਲਾਂ ਵਾਂਗੂ ਵੱਧ ਚੜ ਕੇ ਹਿੱਸਾ ਲੈਣਗੇ, ਉਵੇਂ ਜਿਹੜੀ ਮਤਲਬ ਅੰਦੋਲਨ ਬਣੂਗਾ, ਪਰ ਕੇਂਦਰ ਸਰਕਾਰ ਨੂੰ ਅਸੀਂ ਫਿਰ ਚੇਤਾਵਨੀ ਦਿੰਦੇ ਹਾਂ ਵੀ ਆਹ ਅੱਜ ਵਾਲਾ ਪ੍ਰੋਗਰਾਮ ਦੇਖ ਕੇ ਤੇ ਤੁਸੀਂ ਆਪਣੇ ਆਪ ਬੈਠੇ ਏਸੀ ਦਫ਼ਤਰਾਂ 'ਚ ਸਾਡੀਆਂ ਮੰਗਾਂ ਲਾਗੂ ਕਰ ਲਈ।